ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਫਿਸ਼ਲ ਬੱਬਲ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਆਪਾਂ ਵਾਇਰਿੰਗ ਦੇ ਰਿਲੇਟਡ ਆ ਗਏ, ਜਿਹੜੇ 20 ਕੁਐਸਚਨ ਲੈ ਕੇ ਆਏ ਆਪਾਂ, ਕਿਉਂਕਿ ਨਵੀਆਂ ਪੋਸਟ ਆਉਣ ਵਾਲੀਆਂ ਨੇ ਬਹੁਤ ਜਲਦੀ। 2025 ਤੋਂ ਪਹਿਲਾਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਜਾਣਾ ਗਾ ਨਵੀਆਂ ਪੋਸਟਾਂ ਦਾ, ਅਪ੍ਰੈਂਟਿਸ ਅਤੇ ALM ਦਾ। ਤਾਂ ਅੱਜ ਤੋਂ ਹੀ ਆਪਦੀ ਤਿਆਰੀ ਸ਼ੁਰੂ ਕਰ ਦਈਏ। ਇਹ 20 ਕੁਐਸਚਨ ਜਿਹੜੀ ਸੀਰੀਜ਼ ਆ ਆਪਾਂ ਚਲਾਈ ਹੈਗੀ, ਅੱਜ ਜਿਹੜੀ ਸੀਰੀਜ਼ ਦੇ ਵਿੱਚ ਆਪਾਂ ਵਾਇਰਿੰਗ ਰਿਲੇਟਡ ਕੁਐਸਚਨ ਲੈ ਕੇ ਆਏ ਹਾਂ। ਉਹਨਾਂ ਦਾ ਪਹਿਲਾ ਕੁਐਸਚਨ ਹੈ ਜੀ, ਘਰੇਲੂ ਬਿਜਲੀ ਦੀਆਂ ਤਾਰਾਂ ਮੂਲ ਰੂਪ ਵਿੱਚ ਡੈਸ਼ ਹੈ। ਇਹਦਾ ਜਿਹੜਾ ਕੁਐਸਚਨ ਹੈਗਾ, ਇਹਦੇ ਵਿੱਚ ਪੁੱਛਿਆ ਗਿਆ ਹੈਗਾ ਜਿਹੜੀਆਂ ਆਪਣੇ ਘਰਾਂ ਵਿੱਚ ਕਨੈਕਸ਼ਨ ਕੀਤੇ ਹੁੰਦੇ ਹੈਗੇ ਉਹ ਕਿਹੜੇ ਅਨੁਸਾਰ ਹੁੰਦੇ ਹੈਗੇ, ਉਹ ਆਪਾਂ ਨੂੰ ਵੀ ਪਤਾ ਗਏ ਪੈਰਲਰ ਦੇ ਵਿੱਚ ਜਿਹੜੀ ਵਾਇਰਿੰਗ ਕੀਤੀ ਹੁੰਦੀ ਹੈਗੀ ਆਪਣੀ। ਇਸ ਲਈ ਜਿਹੜਾ ਆਂਸਰ ਬਣੂੰਗਾ ਬੀ, ਸਮਾਨ ਅੰਤਰ ਕਨੈਕਸ਼ਨ। ਅਗਲਾ ਆਪਣਾ ਕੁਐਸਚਨ ਹੈ ਜੀ, ਘਰੇਲੂ ਤਾਰਾਂ ਵਿੱਚ ਵਰਤੀਆਂ ਜਾਂਦੀਆਂ ਕੇਬਲਾਂ ਦੀ ਕਿਸਮਾਂ ਕੀ ਹਨ। ਇਹਦੇ ਵਿੱਚ ਜਿਹੜਾ ਆਂਸਰ ਬਣੂਗਾ ਆਪਣਾ ਡੀ, ਇੱਕ ਤਾਂ ਆਜੂਗਾ BI ਰਬੜ, ਇੱਕ ਆਜੂਗਾ TRS ਅਤੇ ਤੀਜਾ ਆਜੂਗਾ ਆਪਣਾ ਜਿਹੜਾ PVC। ਇਹਦਾ ਜਿਹੜਾ ਆਂਸਰ ਪਊਗਾ ਉਪਰੋਕਤ ਸਾਰੇ। ਅਗਲਾ ਆਪਣਾ ਕੁਐਸਚਨ ਹੈ 3 ਨੰਬਰ ਦਾ, ਵਾਇਰਿੰਗ ਦੀ ਕਿਸਮ ਜੋ ਅਸਥਾਈ ਸੈੱਟ ਲਈ ਬਹੁਤ ਢੁਕਵੀਂ ਹੈ। ਇਹਦੇ ਵਿੱਚ ਜਿਹੜਾ ਆਪਾਂ ਨੂੰ ਵੀ ਪਤਾ ਗਾ ਵੀ ਕਲੀਟ ਵਾਇਰਿੰਗ ਆ ਜਿਹੜੀ ਉਹ ਆਪਾਂ ਅਸਥਾਈ ਰੂਪ ਵਿੱਚ ਕਰਦੇ ਹਾਂ, ਜਿਵੇਂ ਆਪਾਂ ਘਰਾਂ ਵਿੱਚ ਵੀ ਕਿਤੇ ਨਵਾਂ ਜਿਹੜਾ ਕਨੈਕਸ਼ਨ ਕਰਦੇ ਹਾਂ ਜਿੱਥੇ ਆਪਾਂ ਮਿਸਤਰੀ ਨੂੰ ਨਹੀਂ ਸੱਦਦੇ, ਵੀ ਜਿੱਥੇ ਆਪਾਂ ਨੂੰ ਆਪਦੇ ਅਨੁਸਾਰ ਹੀ ਕਰ ਦਿੰਦੇ ਹਾਂਗੇ, ਉਹ ਆਪਾਂ ਇੱਕ ਤਾਰ ਦੇ ਉੱਪਰ ਛੋਟੀਆਂ ਛੋਟੀਆਂ ਗਿੱਟੀਆਂ ਲਾ ਦਿੰਦੇ ਹਾਂਗੇ, ਉਹਨੂੰ ਕਲੀਟ ਵਾਇਰਿੰਗ ਕਹਿੰਦੇ ਆ, ਜਿਹਦੇ ਵਿੱਚ ਤਾਰ ਬਾਹਰੀ ਹੁੰਦੀ ਹੈਗੀ ਅਤੇ ਉਹਦੇ 'ਤੇ ਗਿੱਟੀਆਂ ਲਾ ਕੇ ਆਪਾਂ ਤਾਰ ਕਿਸੇ ਪਾਸੇ ਨੂੰ ਬਲਬ ਬੁਲਬ ਲਾਉਣਾ ਹੁੰਦਾ ਜਾਂ ਕੋਈ ਆਪਾਂ RG ਕਨੈਕਸ਼ਨ ਕਰਦੇ ਹਾਂ ਘਰ ਵਿੱਚ, ਉਹਨੂੰ ਕਹਿੰਦੇ ਕਲੀਟ ਵਾਇਰਿੰਗ ਕਰਨੀ। 4 ਨੰਬਰ ਦਾ ਆਪਣਾ ਕੁਐਸਚਨ ਆ ਜੀ, ਸਹੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਇੱਕ ਸਰਕਟ ਵਿੱਚ ਇੱਕ ਫਿਊਜ ਕਿਵੇਂ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਇਹਦਾ ਜਿਹੜਾ ਆਂਸਰ ਆ ਜੀ ਆਪਣਾ, ਉਹ ਬਣੂਗਾ ਸੀਰੀਜ਼ ਲੋਡ ਦੇ ਸੀਰੀਜ਼ ਦੇ ਵਿੱਚ, ਕਿਉਂਕਿ ਆਪਾਂ ਜਿਹੜਾ ਫਿਊਜ ਲਾਉਂਦੇ ਹਾਂ ਸਰਕਟ ਦੇ ਵਿੱਚ ਜਿੱਥੋਂ ਆਪਣਾ ਮੇਨ ਪੁਆਇੰਟ ਹੁੰਦਾ ਗਾ, ਐਨਰਜੀ ਮੀਟਰ ਤੋਂ ਬਾਅਦ ਆਪਣੇ ਜਿਹੜੇ ਫਿਊਜ ਲੱਗੇ ਹੁੰਦੇ ਆ ਉਹ ਸੀਰੀਜ਼ ਦੇ ਵਿੱਚ ਜੁੜੇ ਹੁੰਦੇ ਆ ਘਰ ਦੀ ਜਿਹੜੀ ਵਾਇਰਿੰਗ ਦੇ ਵਿੱਚ। ਇਹਦਾ ਜਿਹੜਾ ਆਂਸਰ ਬਣੂਗਾ ਬੀ, ਲੋਡ ਦੇ ਸੀਰੀਜ਼ ਦੇ ਵਿੱਚ। ਅੱਗੇ ਆਪਣਾ ਹੈਗਾ ਜੀ 5 ਨੰਬਰ ਦਾ ਕੁਐਸਚਨ ਜੀ, ਉਹ ਸਥਾਨ ਜਿੱਥੇ ਐਸਿਡਿਕ ਅਤੇ ਅਲਕਲਾਈਸ ਮੌਜੂਦ ਹਨ, ਵਰਤੀਆਂ ਜਾਣ ਵਾਲੀਆਂ ਤਾਰਾਂ ਦੀ ਕਿਸਮ। ਇਹਦਾ ਜਿਹੜਾ ਆਂਸਰ ਆਊਗਾ ਉਹ ਆਊਗਾ PVC, ਆਪਸ਼ਨ ਏ। ਅੱਗੇ ਆਪਣਾ 6 ਨੰਬਰ ਦਾ ਕੁਐਸਚਨ ਹੈ, IE ਇਲੈਕਟ੍ਰੀਸਿਟੀ, ਇੰਡੀਅਨ ਇਲੈਕਟ੍ਰੀਸਿਟੀ ਰੂਲ ਜਿਹੜੇ ਹੁੰਦੇ ਹੈਗੇ ਉਹਨਾਂ ਦੇ ਨਿਯਮ ਅਨੁਸਾਰ ਉਪਭੋਗਤਾ ਦੇ ਪ੍ਰਵਾਨਿਤ ਪਰਿਵਰਤਨ ਵੋਲਟੇਜ, ਵੀ ਜਿਹੜਾ ਉਹਦੇ ਵਿੱਚ ਬਦਲਾਅ ਆਉਂਦਾ ਗਾ ਵੋਲਟੇਜ ਦੇ ਵਿੱਚ, ਉਹ ਕਿੰਨਾ ਹੋਣਾ ਚਾਹੀਦਾ ਗਾ, ਵੀ ਉਹ ਕਿੰਨੀ ਉੱਪਰ ਥੱਲੇ ਹੋ ਸਕਦੀ ਆ, ਉਹ ਹੈਗੀ ਆਪਣੀ 2%। ਇਹਦੇ ਵਿੱਚ ਲਿਖਿਆ ਹੋਇਆ ਸਾਹਮਣੇ ਚਿੰਨ ਵੀ ਦਿੱਤਾ ਹੋਇਆ ਪਲੱਸ ਮਾਈਨਸ ਦਾ, ਇਹ ਜਿਹੜੀ ਟੋਲਰੈਂਸ ਦੀ ਉਹ 2% ਵੱਧ ਵੀ ਸਕਦੀ ਹੈ, 2% ਘੱਟ ਵੀ ਸਕਦੀ ਹੈ। ਇਹਦਾ ਆਂਸਰ ਬਣੂਗਾ ਡੀ, ਵਰਕਸ਼ਾਪ ਵਿੱਚ ਲਾਈਟਿੰਗ ਲਈ ਹੇਠ ਲਿਖੀਆਂ ਕਿਸਮਾਂ ਵਿੱਚੋਂ ਕਿਹੜੀ ਵਾਇਰਿੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹਦੇ ਵਿੱਚ ਜਿਹੜੀ ਦਿੱਤੀ ਜਾਂਦੀ ਹੈ ਜੀ ਆਂਸਰ ਬਣੂਗਾ ਸਰਫਿਸ ਕੰਡਿਊਟ ਵਾਇਰਿੰਗ। ਸਰਫਿਸ ਕੰਡਿਊਟ ਵਾਇਰਿੰਗ ਕੀ ਹੁੰਦੀ ਹੈ, ਆਪਾਂ ਆਮ ਹੀ ਵਰਕਸ਼ਾਪ ਦੇ ਵਿੱਚ ਦੇਖਦੇ ਹਾਂ, ਜਾਂ ਜਿੱਥੇ ਆਪਾਂ ਕਹਿ ਦਈਏ ਵੀ ਪਹਿਲਾਂ ਵਾਇਰਿੰਗ ਨਹੀਂ ਕੀਤੀ ਹੁੰਦੀ, ਉਸ ਤੋਂ ਬਾਅਦ ਆਪਾਂ ਵਾਇਰਿੰਗ ਕਰਦੇ ਹਾਂਗੇ, ਉਹਦੇ ਵਿੱਚ ਕੀ ਹੁੰਦਾ ਨਾ ਆਪਣੇ ਜਿਹੜੇ ਕੰਡਿਊਟ ਪਾਈਪ ਹੁੰਦੇ ਹੈਗੇ, ਕੰਡਿਊਟ ਵਾਇਰਿੰਗ ਪਾਈਪ ਪਾ ਕੇ ਉਹ ਓਪਨ ਦੀਂਹਦੇ ਰਹਿੰਦੇ ਆ ਆਪਾਂ ਨੂੰ, ਜਿਵੇਂ ਲਾ ਕੇ ਉਹਦੇ ਉੱਤੇ ਕਲੈਂਪ ਲਾ ਦਿੱਤੇ ਜਾਂਦੇ ਕੰਡਿਊਟ ਪਾਈਪ 'ਤੇ, ਵਾਇਰਿੰਗ ਉਵੇਂ ਕੀਤੀ ਜਾਂਦੀ ਹੈ ਕੰਸੀਲਡਿੰਗ ਵਾਇਰਿੰਗ, ਪਰ ਉਹਦੇ ਉੱਪਰ ਵੀ ਉੱਪਰ ਦੀਂਹਦੇ ਰਹਿੰਦੇ ਆਪਾਂ ਨੂੰ ਪਾਈਪ, ਉਹਨੂੰ ਕਹਿੰਦੇ ਸਰਫਸ ਕੰਡਿਊਟ ਵਾਇਰਿੰਗ। ਆਮ ਜਿਹੜੀ ਵਰਕਸ਼ਾਪਾਂ 'ਚ ਵਾਇਰਿੰਗ ਕੀਤੀ ਹੁੰਦੀ ਆ ਉਸ ਅਨੁਸਾਰ ਹੀ ਕੀਤੀ ਹੁੰਦੀ ਹੈਗੀ। ਇਹਦਾ ਜਿਹੜਾ ਆਂਸਰ ਬਣੇਗਾ ਉਹ ਡੀ, ਤੁਹਾਨੂੰ ਸਾਈਡ ਉੱਤੇ ਇੱਕ ਫੋਟੋ ਵੀ ਨਜ਼ਰ ਆ ਰਹੀ ਹੋਊਗੀ ਉਹਦੇ ਅਨੁਸਾਰ ਹੀ ਵੀ ਕਿਵੇਂ ਕੀਤੀ ਹੁੰਦੀ ਹੈ, ਤੁਹਾਨੂੰ ਅੰਦਾਜ਼ਾ ਹੋ ਜਾਊਗਾ। ਅਗਲਾ 8 ਨੰਬਰ ਦਾ ਕੁਐਸਚਨ ਹੈ, ਸਪਲਾਇਰ ਦਾ ਫਿਊਜ ਜੋ ਘਰਾਂ ਵਿੱਚ ਵਾਇਰਿੰਗ ਸਿਸਟਮ ਵਿੱਚ ਦਿੱਤਾ ਜਾਂਦਾ ਹੈ, ਜਿਹੜੀ ਆਪਣੇ ਘਰਾਂ ਵਿੱਚ ਸਪਲਾਈ ਆਉਂਦੀ ਹੈਗੀ ਉਹਦੇ ਵਿੱਚ ਜਿਹੜਾ ਫਿਊਜ ਆਪਾਂ ਉਹ ਕਿੱਥੇ, ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜਿਹੜਾ ਫਿਊਜ ਆਪਣਾ ਵੀ ਕਿੱਥੇ ਲੱਗਿਆ ਹੁੰਦਾ ਗਾ, ਉਹ ਜਿਹੜਾ ਆਪਣਾ ਇਹਦੇ ਵਿੱਚ ਜਿਹੜਾ ਆਂਸਰ ਬਣੂਗਾ ਇਹ, ਊਰਜਾ ਮੀਟਰ ਤੋਂ ਬਾਅਦ ਜਿਹੜਾ ਆਪਣਾ ਐਨਰਜੀ ਮੀਟਰ ਹੁੰਦਾ ਗਾ
ਉਹ ਤੋਂ ਬਾਅਦ ਆਪਾਂ ਫਿਊਜ਼ ਲਾਉਂਦੇ ਹੈਗੇ, ਵੀ ਤੂੰ ਪਹਿਲਾਂ ਨਹੀਂ ਲਾਉਂਦੀ। ਅੱਗੇ ਆਪਣਾ 9 ਨੰਬਰ ਦਾ ਕੁਐਸਚਨ ਹੈ ਜੀ, ਘਰੇਲੂ ਐਪਲੀਕੇਸ਼ਨ ਲਈ ਗਰਾਉਂਡ ਪ੍ਰਤੀਰੋਧ ਦਾ ਸਵੀਕਾਰਯੋਗ ਮੁੱਲ ਹੈ, ਇਹਦਾ ਜਿਹੜਾ ਆਂਸਰ ਆਊਗਾ ਏ 0.1 ohm। ਅੱਗੇ ਆਪਣਾ ਹੈ 10 ਨੰਬਰ ਦਾ ਕੁਐਸਚਨ, ਬਿਜਲਈ ਨਿਯਮ ਐਕਸ਼ਨ 51 ਦੇ ਅਨੁਸਾਰ ਡੈਸ਼ ਨੂੰ ਮੁੱਖ ਸਵਿੱਚ ਬੋਰਡ ਦੇ ਕੰਮ ਕਰਨ ਵਾਲੀ ਥਾਂ ਵਜੋਂ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ, ਇਹਦਾ ਜਿਹੜਾ ਆਂਸਰ ਆਊਗਾ 1 ਮੀਟਰ। ਅੱਗੇ ਆਪਣਾ ਕੁਐਸਚਨ ਹੈ 11 ਨੰਬਰ ਦਾ, ਪਾਵਰ ਇਲੈਕਟ੍ਰੋਸ਼ਨ ਵਿੱਚ ਮੌਜੂਦ ਰੇਟਿੰਗ ਲਈ ਸੁਰੱਖਿਆ ਕਾਰਕ ਕੀ ਹੈ, ਇਹਦਾ ਜਿਹੜਾ ਆਂਸਰ ਆਊਗਾ D2 ਹੁੰਦਾ ਜੀ, ਇਹਦਾ ਜਿਹੜੀ ਰੇਟਿੰਗ ਹੁੰਦੀ ਹੈ 2 ਹੁੰਦੀ ਹੈ ਜੀ। ਅੱਗੇ ਆਪਣਾ ਹੈਗਾ ਜੀ 12 ਨੰਬਰ ਦਾ ਕੁਐਸਚਨ, ਮੋਟਰ ਇੰਸਟਾਲੇਸ਼ਨ ਵਿੱਚ ਲਚਕਦਾਰ ਨਾਲੀ ਦੀ ਵੱਧ ਤੋਂ ਵੱਧ ਲੰਬਾਈ ਜਿਹੜੀ ਕਿੰਨੀ ਹੋਣੀ ਚਾਹੀਦੀ ਆ, ਉਹ ਹੋਣੀ ਚਾਹੀਦੀ ਹੈ 1.25 ਮੀਟਰ ਤੋਂ ਘੱਟ ਜਿਹੜੀ ਹੋਣੀ ਚਾਹੀਦੀ ਉਹਦੀ, ਇਹਦਾ ਆਂਸਰ ਬਣੂਗਾ ਏ। ਅੱਗੇ ਆਪਣਾ 13 ਨੰਬਰ ਦਾ ਕੁਐਸਚਨ ਹੈ ਜੀ, ਮੋਟਰ ਇੰਸਟਾਲੇਸ਼ਨ ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਹੈ, ਇਹਦਾ ਜਿਹੜਾ ਆਂਸਰ ਬਣੂਗਾ ਉਹ ਬਣੂਗਾ ਬੀ, ਬਿਜਲੀ ਦੀਆਂ ਤਾਰਾਂ ਲਈ ਵਰਤੇ ਜਾਣ ਵਾਲੇ ਸਾਰੇ ਉਪਕਰਨ ਲੋਹੇ ਦੇ ਹੋਣੇ ਚਾਹੀਦੇ ਹਨ। ਅੱਗੇ ਆਪਣਾ ਕੁਐਸਚਨ ਹੈ ਜੀ 14 ਨੰਬਰ ਦਾ, ਇੱਕ ਰੋਸ਼ਨੀ ਉਪ ਸਰਕਟ 100 ਵਾਟ ਦੇ ਲੈਂਪ ਹੁੰਦੇ ਹਨ, ਜੇਕਰ ਸਰਕਟ ਪੁਆਇੰਟ ਵਿੱਚ ਫਿਊਜ਼ ਦਰਜਾ 5 ਐਂਪੀਅਰ ਹੈ ਤਾਂ ਨਿਯਮਾਂ ਅਤੇ ਸੁਰੱਖਿਆ ਦੀ ਉਲੰਘਣਾ ਕੀਤੇ ਬਿਨਾਂ ਸਰਕਟ ਵਿੱਚ ਵੱਧ ਤੋਂ ਵੱਧ ਲਾਈਟ ਪੁਆਇੰਟ ਹੋਣੇ ਚਾਹੀਦੇ ਹਨ। ਇਹਦੇ ਵਿੱਚ ਜਿਹੜਾ ਕੁਐਸਚਨ ਹੈਗਾ ਇਹ ਜਿਹੜਾ ਹੁੰਦਾ ਗਾ, ਇਹਦੇ ਵਿੱਚ ਵੱਧ ਤੋਂ ਵੱਧ ਆਪਾਂ 8 ਪੁਆਇੰਟ ਲਾ ਸਕਦੇ ਹਾਂ, ਕਿਉਂਕਿ ਜਿਹੜਾ ਆਪਣਾ ਉਪ ਸਰਕਟ ਹੈਗਾ, ਸਬ ਸਰਕਟ ਕਹਿ ਦਿੰਦੇ ਆਪਾਂ ਇੰਗਲਿਸ਼ ਦੇ ਵਿੱਚ, ਇਹਦੇ ਵਿੱਚ ਇਹ ਵੱਧ ਤੋਂ ਵੱਧ 800 ਵਾਟ ਦਾ ਹੁੰਦਾ ਗਾ, ਕਿਉਂਕਿ ਇਹਦੇ ਵਿੱਚ ਜਿਹੜਾ ਲੈਂਪ ਦਿੱਤਾ ਗਿਆ ਉਹ 100 ਵਾਟ ਦਾ ਦਿੱਤਾ ਗਿਆ, ਕਿਉਂਕਿ ਜਿਹੜਾ ਉਪ ਸਰਕਟ ਆਪਣਾ ਉਹ ਵੱਧ ਤੋਂ ਵੱਧ 800 ਵਾਟ ਦਾ ਹੋ ਸਕਦਾ ਗਾ, ਇਸ ਦੇ ਹਿਸਾਬ ਨਾਲ 100 100 ਵਾਟ ਦੇ ਆਪਾਂ 8 ਬਲਬ ਲਾ ਸਕਦੇ ਹਾਂ, ਜਿਹੜਾ ਆਂਸਰ ਬਣੂਗਾ ਉਹ 8 ਆਊਗਾ, ਏ ਆਂਸਰ ਆਊਗਾ ਇਹਦਾ। ਆਪਣਾ 15 ਨੰਬਰ ਦਾ ਕੁਐਸਚਨ ਹੈ ਜੀ, ਇੱਕ ਇਲੈਕਟ੍ਰਿਕ ਲਾਈਨ ਵਿੱਚ ਇੱਕ ਸਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਤਾਰ ਨਾਲ ਜੁੜਿਆ ਹੁੰਦਾ ਹੈ, ਇਹਦੇ ਵਿੱਚ ਜਿਹੜਾ ਆਂਸਰ ਦਿੱਤਾ ਗਿਆ ਬੀ, ਫੇਸ ਨਾਲ ਆਪਣੀ ਜਿਹੜੀ ਸਵਿੱਚ ਜੁੜੀ ਹੁੰਦੀ ਆ, ਕਿਉਂਕਿ ਜਿਹੜੀ ਆਪਣੀ ਨਿਊਟਰਲ ਆ ਉਹ ਆਪਾਂ ਸਿੱਧਾ ਹੀ ਜੋੜ ਦਿੰਦੇ ਹਾਂ ਜੀ, ਉਹ ਸਿੱਧਾ ਹੀ ਚਲੀ ਜਾਂਦੀ ਕਿਸੇ ਵੀ ਉਪਕਰਨ ਨੂੰ, ਪਰ ਜਿਹੜਾ ਆਪਾਂ ਫੇਸ ਆ ਫੇਸ ਨੂੰ ਆਪਾਂ ਕੰਟਰੋਲ ਕਰਦੇ ਹਾਂ ਸਵਿੱਚ ਦੇ ਨਾਲ। ਅੱਗੇ ਆਪਣਾ ਜਿਹੜਾ ਹੈਗਾ 16 ਨੰਬਰ ਦਾ ਕੁਐਸਚਨ, ਵਾਇਰਿੰਗ ਦੀ ਚੋਣ ਨੂੰ ਪ੍ਰਭਾਵਿਤ ਕਰਨ ਵਾਲਾ ਹੇਠ ਲਿਖੇ ਕਾਰਕ ਵਿੱਚੋਂ ਕਿਹੜਾ ਹੈ, ਇਹਦਾ ਆਂਸਰ ਹੈ D, ਕਿਉਂਕਿ ਆਪਾਂ ਜਦੋਂ ਵੀ ਆਪਾਂ ਵਾਇਰਿੰਗ ਦੀ ਜਿਹੜੀ ਚੋਣ ਕਰਦੇ ਹਾਂ ਆਪਾਂ ਇਹੀ ਸੋਚਦੇ ਹਾਂ ਵੀ ਉਹ ਡਿਊਰੇਬਿਲਿਟੀ ਜਿਹੜੀ ਟਿਕਾਊ ਵੀ ਕਿੰਨੀ ਵੱਧ ਚੱਲੇ, ਆਪਾਂ ਨੂੰ ਇਹੀ ਹੁੰਦਾ ਗਾ ਵੀ ਜਦੋਂ ਆਪਾਂ ਵਾਇਰਿੰਗ ਘਰਾਂ ਵਿੱਚ ਕਰਾਉਂਦੇ ਹਾਂ ਵੀ ਵੱਧ ਤੋਂ ਵੱਧ ਸਾਲ ਚੱਲੇ। ਦੂਜੀ ਚੀਜ਼ ਹੈ ਦਿੱਖ, ਵੀ ਉਹ ਜਿਹੜਾ ਆਪਾਂ ਬੋਰਡ ਵੀ ਲੈਂਦੇ ਹਾਂ ਜਾਂ ਵਾਇਰਿੰਗ ਆਪਾਂ ਕਰਾਉਂਦੇ ਹਾਂਗੇ, ਉਹਦੇ ਵਿੱਚ ਆਪਾਂ ਮੇਨ ਦੇਖਦੇ ਹਾਂ ਵੀ ਬੋਰਡ ਆ ਜਾਂ ਹੋਰ ਚੀਜ਼ਾਂ ਗੀਆਂ, ਵੀ ਉਹ ਦੇਖਣ ਨੂੰ ਬਹੁਤ ਸੋਹਣੇ ਲੱਗ। ਤੀਜੀ ਚੀਜ਼ ਤਾਂ ਲਾਗਤ, ਲਾਗਤ ਆਪਾਂ ਨੂੰ ਹੁਣ ਇਹ ਵੀ ਆ ਵੀ ਆਪਾਂ ਇਹ ਗੱਲਾਂ ਸੋਹਣੇ ਦੇ ਚੱਕਰਾਂ 'ਚ ਵੀ ਨਹੀਂ ਪੈ ਸਕਦੇ, ਵੀ ਆਪਣੇ ਬਜਟ ਵੀ ਹੋਣਾ ਚਾਹੀਦਾ ਉਹਨਾਂ ਘਰ ਦਾ, ਵੀ ਆਪਾਂ ਉਨੇ ਪੈਸੇ ਹੁਣ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਪਈਆਂ ਗਈਆਂ, ਲਾਗਤ ਵੀ ਦੇਖਣੀ ਜ਼ਰੂਰੀ ਹੈ ਵੀ ਆਪਦੇ ਆਪਣੇ ਬਜਟ ਦੇ ਹਿਸਾਬ ਨਾਲ ਆਪਾਂ ਚੀਜ਼ ਲੈਣੇ ਆ, ਇਸ ਲਈ ਆਪਾਂ ਨੂੰ ਤੀਜੇ ਤਿੰਨ ਚੀਜ਼ਾਂ ਦੀ ਲੋੜ ਹੈਗੀ, ਇਹਦਾ ਆਂਸਰ ਬਣੂਗਾ D। ਅੱਗੇ ਆਪਣਾ ਹੈਗਾ 17 ਨੰਬਰ ਦਾ ਕੁਐਸਚਨ, ਹੇਠ ਦਿੱਤਿਆਂ ਵਿੱਚੋਂ ਵਾਇਰਿੰਗ ਦੀ ਜਾਂਚ ਦੀ ਵਿਧੀ ਹੈ, ਇਹਦਾ ਜਿਹੜਾ ਆਂਸਰ ਆਊਗਾ D, ਉਪਰੋਕਤ ਸਾਰੇ ਸਾਰੇ ਆਉਣਗੇ, ਇਹੀ ਸਾਰੀਆਂ ਚੀਜ਼ਾਂ ਨਾਲ ਆਪਾਂ ਟੈਸਟ ਕਰ ਸਕਦੇ ਹਾਂ। ਅੱਗੇ ਆਪਣਾ ਹੈਗਾ 18 ਨੰਬਰ ਦਾ ਕੁਐਸਚਨ ਜੀ, ਪੌੜੀਆਂ ਦੀਆਂ ਤਾਰਾਂ ਦੇ ਮਾਮਲੇ ਵਿੱਚ ਕਿਸ ਕਿਸਮ ਦਾ ਸਵਿੱਚ ਵਰਤਿਆ ਜਾਂਦਾ ਹੈ, ਇਹਦੇ ਵਿੱਚ ਵਰਤਿਆ ਜਾਂਦਾ 2-way ਸਵਿੱਚ, ਇਹਦਾ ਜਿਹੜਾ ਆਂਸਰ ਆਊਗਾ C 2। 19 ਨੰਬਰ ਦਾ ਕੁਐਸਚਨ ਹੈ ਆਪਣਾ, ਇਹ ਦੇਖਣ ਲਈ ਕਿ ਘਰੇਲੂ ਸਰਕਟ ਵਿੱਚ ਸਾਰੀਆਂ ਤਾਰਾਂ ਸਵਿੱਚ ਦੁਆਰਾ ਨਿਯੰਤਰਿਤ ਹਨ, ਟੈਸਟ ਦੀ ਲੋੜ ਹੈ, ਇਹਦੇ ਲਈ ਆਪਾਂ ਸੀ ਉਲਟੀ ਟੈਸਟ ਕਰਦੇ ਹਾਂ ਜੀ। ਅੱਗੇ ਆਪਣਾ ਹੈਗਾ 20 ਨੰਬਰ ਦਾ ਕੁਐਸਚਨ, ਸਕਿਊਡ ਕੰਡਿਊਟ ਸਰਕਟ ਕਿਹੜੇ ਵੋਲਟੇਜ ਪੱਧਰਾਂ ਲਈ ਵਰਤੇ ਜਾਂਦੇ ਹਨ, ਇਹਦਾ ਜਿਹੜਾ ਆਂਸਰ ਆ ਉਹ ਆਊਗਾ B, 250 ਤੋਂ 600 ਦੇ ਵਿਚਕਾਰ। ਆਪਣੇ 20 ਕੁਐਸਚਨ ਪੂਰੇ ਹੋ ਚੁੱਕੇ ਨੇ,
ਤੇ ਇਸੇ ਤਰ੍ਹਾਂ ਆਪਾਂ ਜਿਹੜੀ ਅੱਜ ਦੀ ਵਾਇਰਿੰਗ ਦੀ ਸੀਰੀਜ਼ ਸੀ ਉਹ ਪੂਰੀ ਹੋ ਚੁੱਕੀ ਹੈਗੀ। ਇਸੇ ਤਰ੍ਹਾਂ ਆਪਾਂ ਹੋਰ ਨਵੀਆਂ ਸੀਰੀਜ਼ ਬਣਾਵਾਂਗੇ। ਤੇ ਸਾਡੀ ਵੀਡੀਓ ਜੇ ਚੰਗੀਆਂ ਲੱਗਦੀਆਂ ਤਾਂ ਲਾਈਕ ਕਰ ਦਿਆ ਕਰੋ, ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਤੇ ਆਪਦੇ ਸਾਥੀਆਂ ਦੇ ਨਾਲ ਵੀ ਵੀਡੀਓ ਸ਼ੇਅਰ ਕਰ ਦਿਓ। ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।